ਤਾਂ ਹੁਣ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲ ਦਾ ਬਬੀਹਾ ਬੋਲੇ ਬਹੁਤ ਹੀ ਸਾਨੂੰ ਖੁਸ਼ੀ ਹੈ ਕਿ ਇੱਕ ਉਹ ਨੌਜਵਾਨ ਜਿਹੜਾ ਲੋਕਾਂ ਦੇ ਦਿਲਾਂ ਨੂੰ ਜਾਣਦਾ ਹੈ ਲੋਕਾਂ ਦੀਆਂ ਭਾਵਨਾਵਾਂ ਨੂੰ ਜਾਣਦਾ ਹੈ ਅਤੇ ਉਹਨਾਂ ਨੂੰ ਉਜਾਗਰ ਕਰਦਾ ਹੈ ਅਤੇ ਜਿਹਦੀ ਬੋਲ 'ਤੇ ਪੰਜਾਬ ਦਾ ਨੌਜਵਾਨ ਯੂਥ ਖੜ੍ਹਾ ਹੋ ਜਾਂਦਾ ਹੈ ਅਤੇ ਇੱਕ ਸੇਧ ਲੈਂਦਾ ਹੈ ਉਹ ਨੌਜਵਾਨ ਅੱਜ ਕਾਂਗਰਸ ਵਿੱਚ ਜੁਆਇਨ ਹੋ ਰਿਹਾ ਹੈ ਪੰਜਾਬੀ ਸੰਗੀਤ ਜਗਤ ਦਾ ਇੱਕ ਚਮਕਦਾ ਸਿਤਾਰਾ ਸਿੱਧੂ ਮੂਸੇਵਾਲਾ ਹੁਣ ਕਾਂਗਰਸੀ ਬਣ ਗਿਆ ਸੀਐਮ ਚੰਨੀ ਔਰ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਸਿੱਧੂ ਮੂਸੇਵਾਲੇ ਦਾ ਸਵਾਗਤ ਕੀਤਾ ਗਿਆ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਮਾਨਸਾ ਦੇ ਪਿੰਡ ਮੂਸੇਵਾਲਾ ਤੋਂ ਆਉਂਦੇ ਆ ਔਰ ਪੰਜਾਬੀ ਇੰਡਸਟਰੀ ਦੇ ਵਿੱਚ ਉਹਨਾਂ ਦਾ ਵੱਡਾ ਨਾਮ ਸਮੇਂ-ਸਮੇਂ ਤੇ ਵਿਵਾਦਾਂ ਦੇ ਵਿੱਚ ਰਹੇ ਔਰ ਆਪਣੀ ਕਲਾਕਾਰੀ ਦੇ ਕਰਕੇ ਔਰ ਆਪਣੇ ਗੀਤਾਂ ਦੇ ਕਰਕੇ ਪ੍ਰਸਿੱਧ ਨੇ ਔਰ ਅੱਜ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਦੱਸ ਦਈਏ ਕਿ ਪਿਛਲੇ ਕਾਫੀ ਦਿਨਾਂ ਤੋਂ ਚਰਚਾਵਾਂ ਚੱਲ ਰਹੀਆਂ ਸੀ ਕਿ ਆਖਿਰਕਾਰ ਸਿੱਧੂ ਮੂਸੇਵਾਲਾ ਕਿਸ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਹਾਲਾਂਕਿ ਉਹਨਾਂ ਦੇ ਮਾਤਾ ਜੀ ਨੇ ਜੋ ਪਿੰਡ ਦੇ ਸਰਪੰਚ ਨੇ ਕਾਂਗਰਸੀ ਸਰਪੰਚ ਨੇ ਤਾਂ ਅੱਜ ਖੁਦ ਸਿੱਧੂ ਮੂਸੇਵਾਲਾ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਕਾਂਗਰਸ ਦਾ ਹੱਥ ਸਿੱਧੂ ਮੂਸੇਵਾਲਾ ਨੇ ਫੜ ਲਿਆ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਆਪਣੇ ਗਾਣਿਆਂ ਦੇ ਕਰਕੇ ਵੀ ਚਰਚਾ ਦਾ ਵਿਸ਼ਾ ਬਣੇ ਪਿਛਲੇ ਸਮੇਂ ਦੇ ਵਿੱਚ ਹਥਿਆਰਾਂ ਨੂੰ ਲੈ ਕੇ ਉਹਨਾਂ 'ਤੇ ਪਰਚੇ ਵੀ ਦਰਜ ਹੋਏ ਔਰ ਲਗਾਤਾਰ ਸੁਰਖੀਆਂ ਦੇ ਵਿੱਚ ਰਹੇ ਤਾਂ ਆਖਿਰਕਾਰ ਸਿੱਧੂ ਮੂਸੇਵਾਲੇ ਨੇ ਇਹ ਰਸਤਾ ਕਿਉਂ ਚੁਣਿਆ ਜਦੋਂ ਉਹਨਾਂ ਦੇ ਨਾਲ ਇਹ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸਿੱਧੇ ਤੌਰ 'ਤੇ ਕਿਹਾ ਕਿ ਕਾਫੀ ਲੋਕ ਨੇ ਜਿਹੜੇ ਮੈਨੂੰ ਪਸੰਦ ਕਰਦੇ ਨੇ ਮੇਰੇ ਨਾਲ ਜੁੜੇ ਹੋਏ ਨੇ ਔਰ ਮੇਰੇ ਤੋਂ ਉਹਨਾਂ ਨੂੰ ਕਾਫੀ ਆਸਾਂ ਨੇ ਇਸ ਕਰਕੇ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਵਜ੍ਹਾ ਦੱਸੀ ਆ ਕਿ ਉਹ ਕਾਂਗਰਸ ਦੇ ਵਿੱਚ ਇਸ ਕਰਕੇ ਸ਼ਾਮਲ ਹੋਏ ਨੇ ਕਿਉਂਕਿ ਕਾਂਗਰਸ ਦੇ ਵਿੱਚ ਆਮ ਘਰਾਂ ਦੇ ਲੋਕ ਨੇ ਔਰ ਉਹਨਾਂ ਨੇ ਸਹੀ ਸਮਝਿਆ ਕਿ ਕਾਂਗਰਸ ਦਾ ਹੱਥ ਫੜ ਲਿਆ ਜਾਵੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਕੇ ਸਿੱਧੂ ਮੂਸੇਵਾਲਾ ਨੇ ਕੀ ਕਿਹਾ ਉਹ ਤੁਹਾਨੂੰ ਇੱਕ ਵਾਰ ਉਹ ਵੀ ਸੁਣਾ ਦਿੰਦੇ ਹਾਂ ਅੱਜ ਤੋਂ 3 ਸਾਲ ਪਹਿਲਾਂ 4 ਸਾਲ ਪਹਿਲਾਂ ਮੈਂ ਮਿਊਜ਼ਿਕ ਸਟਾਰਟ ਕੀਤਾ ਸੀ ਅਤੇ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਆਸ਼ੀਰਵਾਦ ਸਦਕਾ ਅੱਜ ਮੈਨੂੰ ਇਹ ਮੁਕਾਮ ਮਿਲਿਆ ਕਿ ਸਾਰੀ ਦੁਨੀਆ ਦੇ ਉੱਤੇ ਆਪਣੇ ਪੰਜਾਬੀਆਂ ਦਾ ਨਾਮ ਰੋਸ਼ਨ ਹੋਇਆ ਪੰਜਾਬੀ ਮਿਊਜ਼ਿਕ ਦਾ ਜਿਹਨੂੰ ਕਿ ਇੱਕ ਰੀਜਨਲ ਲੈਂਗੁਏਜ ਦੱਸਿਆ ਜਾਂਦਾ ਸੀ ਅਤੇ ਅੱਜ 4 ਸਾਲਾਂ ਬਾਅਦ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਸਟੈਪ ਲੈਣ ਜਾ ਰਿਹਾ ਅਤੇ ਇੱਕ ਨਵਾਂ ਕਿੱਤਾ ਇੱਕ ਨਵੀਂ ਦੁਨੀਆ ਜਿਹਦੇ ਵਿੱਚ ਮੈਂ ਯਾਨੀ ਕਿ ਮੇਰੀ ਸ਼ੁਰੂਆਤ ਹੈ ਅਤੇ ਮੈਂ ਸਿਰਫ ਮੇਰਾ ਕੋਈ ਜ਼ਿਆਦਾ ਲੰਮਾ ਚੌੜਾ ਇਸ ਕਦੇ ਮੇਰਾ ਇੱਧਰ ਰੁਝਾਨ ਵੀ ਨਹੀਂ ਸੀਗਾ ਕਿਉਂਕਿ ਮੈਂ ਮਿਊਜ਼ਿਕ ਜਿੰਨੇ ਵੀ ਬੰਦੇ ਮਿਊਜ਼ਿਕ ਕਰਨ ਵਾਲੇ ਹੁੰਦੇ ਉਹਨਾਂ ਦੀ ਯਾਨੀ ਕਿ ਦੁਨੀਆ ਕੁਛ ਹੋਰ ਹੁੰਦੀ ਹੈ ਪਰ ਮੇਰਾ ਸ਼ੁਰੂ ਤੋਂ ਲਗਾਅ ਪਿੰਡ ਨਾਲ ਰਿਹਾ ਸੀ ਆਮ ਪਰਿਵਾਰਾਂ 'ਚ ਉੱਠੇ ਹੋਏ ਲੋਕ ਹਾਂ ਠੀਕ ਹੈ ਜੀ ਮੇਰੇ ਫਾਦਰ ਸਾਹਿਬ ਨੇ ਐਕਸ ਆਰਮੀ ਮੈਨ ਨੇ ਅਤੇ ਮਾਤਾ ਮੇਰੇ ਯਾਨੀ ਕਿ ਹਾਲੇ ਵੀ ਅਸੀਂ ਚਾਹੇ ਪਰਮਾਤਮਾ ਨੇ ਬਹੁਤ ਤਰੱਕੀ ਦਿੱਤੀ ਅਸੀਂ ਉਸੇ ਪਿੰਡ 'ਚ ਉਸੇ ਘਰ 'ਚ ਰਹਿ ਰਹੇ ਹਾਂ ਅਤੇ ਜਦੋਂ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਹਾਂ ਜਦੋਂ ਕਿਸੇ ਆਮ ਘਰਾਣੇ ਦੇ ਵਿੱਚੋਂ ਆਮ ਪਿੰਡਾਂ ਦੇ ਵਿੱਚੋਂ ਕਿਸੇ ਬੱਚੇ ਦਾ ਨਾਮ ਹੁੰਦਾ ਤਾਂ ਆਸੇ ਪਾਸੇ ਦੇ ਜਿਹੜੇ ਲੋਕ ਹੁੰਦੇ ਆ ਉਹਦੇ ਤੋਂ ਐਕਸਪੈਕਟੇਸ਼ਨਸ ਕਰਨ ਲੱਗ ਜਾਂਦੇ ਆ ਵੀ ਜੇ ਸਾਡਾ ਜਵਾਕ ਦਾ ਨਾਮ ਹੋਇਆ ਤਾਂ ਯਾਰ ਇਹ ਕਿਤੇ ਨਾ ਕਿਤੇ ਸਾਡੀ ਹੈਲਪ ਕਰੇ ਜਾਂ ਸਾਡੇ ਨਾਲ ਹੋਵੇ ਅਤੇ ਮੇਰੇ ਨਾਲ ਘੱਟੋ ਘੱਟ ਮੈਂ ਕਹਿੰਦਾ ਵੀ ਸਾਡਾ ਮਾਨਸਾ ਏਰੀਆ ਮਾਨਸਾ ਬਠਿੰਡਾ ਯਾਨੀ ਕਿ ਮੇਰੇ ਨਾਲ ਇੱਕ ਤਰੀਕੇ ਨਾਲ ਅਟੈਚਡ ਹੈ ਜਿਸ ਤਰੀਕੇ ਨਾਲ ਉਹ ਯਾਨੀ ਕਿ ਉਹਨਾਂ ਦਾ ਪਿਆਰ ਅਤੇ ਉਹਨਾਂ ਦੀਆਂ ਦੁਆਵਾਂ ਅਤੇ ਉਹਨਾਂ ਦੀਆਂ ਆਸਾਂ ਨੇ ਅਤੇ ਜਦੋਂ ਕਿਤੇ ਵੀ ਅਸੀਂ ਪਿੰਡੋਂ ਬਾਹਰ ਜਾਂਦੇ ਹਾਂ ਜਾਂ ਉਹ ਕਿਤੇ ਜਾਂਦੇ ਨੇ ਤਾਂ ਜਦੋਂ ਕਹਿੰਦੇ ਨੇ ਬਈ ਅਸੀਂ ਮਾਨਸਾ ਤੋਂ ਹਾਂ ਜਾਂ ਬਠਿੰਡੇ ਤੋਂ ਹਾਂ ਤਾਂ ਉਹ ਪ੍ਰਾਊਡ ਮਹਿਸੂਸ ਕਰਦੇ ਨੇ ਅਤੇ ਕਿਤੇ ਨਾ ਕਿਤੇ ਜਦੋਂ ਕਿਤੇ ਉਸ ਇਲਾਕੇ ਦੇ ਵਿੱਚ ਰਹਿੰਦੇ ਹਾਂ ਠੀਕ ਹੈ ਨਾ ਜਦੋਂ ਉੱਥੇ ਵਿਚਰਦੇ ਹਾਂ ਲੋਕਾਂ ਨਾਲ ਤਾਂ ਬਹੁਤ ਚੀਜ਼ਾਂ ਨੇ ਜਿਹੜੀਆਂ ਹਜੇ ਤੱਕ ਲੋਕਾਂ ਨੂੰ ਪਤਾ ਹੀ ਨਹੀਂ ਵੀ ਉਹ ਕਿਸ ਚੀਜ਼ਾਂ ਨਾਲ ਉਹ ਜੂਝ ਰਹੇ ਨੇ ਜਾਂ ਉਹਨਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਕੀ ਪ੍ਰੋਬਲਮ ਹੈ ਹੋਰ ਪੰਜਾਬ ਬਹੁਤ ਤਰੱਕੀ ਕਰ ਗਿਆ ਸਾਰੀ ਦੁਨੀਆ 'ਤੇ ਨਾਮ ਹੈ ਪੰਜਾਬ ਦਾ ਪਰ ਸਾਡੇ ਮੈਂ ਕਹਿੰਦਾ ਮਾਨਸਾ ਦਾ ਇਸੀ ਤਰਾਸਦੀ ਹੈ ਵੀ ਉਹ ਕਦੇ ਅੱਗੇ ਨਹੀਂ ਆ ਸਕਿਆ ਮੇਰਾ ਕੋਈ ਪੋਲੀਟਿਕਸ ਦੇ ਵਿੱਚ ਆਉਣ ਦਾ ਕੋਈ ਲੰਮਾ ਚੌੜਾ ਰੁਝਾਨ ਇਹ ਨਹੀਂ ਹੈਗਾ ਵੀ ਮੈਂ ਕੋਈ ਰੁਤਬੇ ਖਾਤਰ ਜਾਂ ਕੋਈ ਵਾਹਵਾਹੀ ਖਾਤਰ ਇਸ ਫੀਲਡ ਦੇ ਵਿੱਚ ਆ ਰਿਹਾ ਮੇਰਾ ਸਿਰਫ ਇੱਕੋ ਹੀ ਹੈ ਕਿ ਮੇਰੇ ਨਾਲ ਕੁਛ ਕੁ ਲੋਕ ਜੁੜੇ ਨੇ ਮੇਰੇ ਨਾਲ ਕੋਈ ਇੱਕ ਖਿੱਤਾ ਜੁੜਿਆ ਹੋਇਆ ਅਤੇ ਉਹ ਖਿੱਤਾ ਮੇਰੇ ਤੋਂ ਆਸ ਰੱਖਦਾ ਅਤੇ ਸਿਸਟਮ ਦੇ ਵਿੱਚ ਸਿਸਟਮ ਨੂੰ ਚੇਂਜ ਕਰਨ ਦੇ ਲਈ ਜਾਂ ਸਿਸਟਮ ਦੇ ਵਿੱਚ ਉਹਨੂੰ ਇੰਪਰੂਵ ਕਰਨ ਦੇ ਲਈ ਸਿਸਟਮ ਦਾ ਹਿੱਸਾ ਬਣਨਾ ਬਹੁਤ ਜ਼ਰੂਰੀ ਹੈ ਅਤੇ ਮੇਰੇ ਲਈ ਸਭ ਤੋਂ ਵੱਡੀ ਜਿਹੜੀ ਉਹ ਯਾਨੀ ਕਿ ਉਹ ਜ਼ਰੂਰਤ ਸੀ ਉਹ ਮੈਂ ਇਸ ਪਾਰਟੀ ਥਰੂ ਯਾਨੀ ਕਿ ਆਪਣੇ ਲੋਕਾਂ ਦੀ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰ ਰਿਹਾ
ਤੇ ਰੀਜ਼ਨ ਇਸ ਪਾਰਟੀ ਦਾ ਕਿ ਮੈਂ ਕਾਂਗਰਸ ਹੀ ਕਿਉਂ ਜੁਆਇਨ ਕੀਤੀ ਉਹਦਾ ਇੱਕ ਬਹੁਤ ਵੱਡਾ ਅਤੇ ਇੱਕ ਖਾਸ ਰੀਜ਼ਨ ਹੈ। ਪਹਿਲੀ ਗੱਲ ਇਹ ਜਿਹੜੀ ਪੰਜਾਬ ਕਾਂਗਰਸ ਹੈ ਜੋ ਕਾਂਗਰਸ ਹੈ ਇਹਦੇ ਵਿੱਚ ਉਹੋ ਜਿਹੇ ਲੋਕ ਨੇ ਜਿਹੜੇ ਆਮ ਘਰਾਂ ਦੇ ਵਿੱਚ ਉੱਠੇ ਹੋਏ ਨੇ। ਫੋਰ ਐਗਜ਼ਾਮਪਲ ਰਾਜਾ ਬਾਈ, ਅੱਜ ਤੋਂ 10 ਸਾਲ ਪਹਿਲਾਂ ਜਾਂ 15 ਸਾਲ ਪਹਿਲਾਂ ਇਹਨਾਂ ਦਾ ਬੈਕਗਰਾਊਂਡ ਚੈੱਕ ਕਰੋ ਤੁਸੀਂ ਕਿ ਕਿੱਥੋਂ ਆਏ ਨੇ ਅਤੇ ਕਿਵੇਂ ਸਟਰਗਲ ਕਰਕੇ। ਮੇਨ ਰੀਜ਼ਨ ਇਹ ਹੈ ਵੀ ਇਹਦੇ ਵਿੱਚ ਆਮ ਲੋਕਾਂ ਦੀ, ਯਾਨੀ ਕਿ ਕੋਈ ਵੀ ਬੰਦਾ ਜਿਹੜਾ ਮਿਹਨਤਕਸ਼ ਆਦਮੀ ਹੈ ਜੋ ਮਿਹਨਤ ਕਰਦਾ ਉਹਦੀ ਆਵਾਜ਼ ਉਹ ਬੁਲੰਦ ਕਰ ਸਕਦਾ ਅਤੇ ਉਹ ਪ੍ਰੋਗਰੈਸ ਕਰ ਸਕਦਾ। ਖਿੱਤਿਆਂ ਤੋਂ ਘਰਾਣਿਆਂ ਤੋਂ ਉੱਪਰ ਉੱਠ ਕੇ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਆਪਣੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰ ਸਕੀਏ। ਸੋ ਮੇਰਾ ਇਹੀ ਰੀਜ਼ਨ ਸੀ ਇਸ ਚੀਜ਼ ਵਿੱਚ ਆਉਣ ਦਾ। ਅਤੇ ਬਾਕੀ ਮੈਂ ਪੰਜਾਬ ਦੇ ਲੋਕਾਂ ਨੂੰ ਅਤੇ ਦੁਨੀਆ ਜਿੰਨੀ ਵੀ ਮੈਨੂੰ ਪਿਆਰ ਕਰਦੀ ਹੈ ਮੈਂ ਉਮੀਦ ਕਰਦਾ, ਜਿਵੇਂ ਕਿ ਮੈਨੂੰ ਮਿਊਜ਼ਿਕ ਦੇ ਵਿੱਚ ਤੁਸੀਂ ਆਸ਼ੀਰਵਾਦ ਅਤੇ ਪਿਆਰ ਦਿੱਤਾ, ਤਾਂ ਮੈਨੂੰ ਆਸ਼ੀਰਵਾਦ ਦਿਓਗੇ ਕਿ ਮੈਂ ਆਮ ਲੋਕਾਂ ਦਾ ਸਹਾਰਾ ਬਣ ਸਕਾਂ। ਤਾਂ ਸਿੱਧੂ ਮੂਸੇਵਾਲੇ ਅਤੇ ਹੋਰ ਵਧੇਰੇ ਜਾਣਕਾਰੀ ਲਈ ਮਾਨਸਾ ਤੋਂ ਸਾਡੇ ਪੱਤਰਕਾਰ ਅਮਰਜੀਤ ਜੁੜ ਚੁੱਕੇ ਨੇ। ਅਮਰਜੀਤ, ਕੀ ਆ ਤੁਹਾਡੇ ਕੋਲ ਜਾਣਕਾਰੀ ਇਸ ਵਕਤ, ਕਿਵੇਂ ਮਾਨਸਾ ਦੇ ਲੋਕ ਦੇਖ ਰਹੇ ਨੇ ਕਿ ਹੁਣ ਇਹ ਤੈਅ ਆ ਕਿ ਸਿੱਧੂ ਮੂਸੇਵਾਲਾ ਮਾਨਸਾ ਤੋਂ ਚੋਣ ਲੜਨਗੇ? ਦੱਸਣਾ ਚਾਹਾਂਗਾ ਸਿਆਸਤ ਦੇ ਵਿੱਚ ਇੱਕ ਨਵਾਂ ਮੋੜ ਆਇਆਗਾ। ਕਾਂਗਰਸ ਪਾਰਟੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਪ੍ਰਚਾਰਕ ਵਜੋਂ ਜਿਹੜਾ ਪੂਰੇ ਪੰਜਾਬ ਦੇ ਵਿੱਚ ਜਿਹੜਾ ਵਰਤਣਾ ਚਾਹੁੰਦੀ ਹੈ, ਕਿਉਂਕਿ ਨੌਜਵਾਨ ਜਿਹੜੇ ਕਾਫੀ ਸਿੱਧੂ ਮੂਸੇਵਾਲਾ ਦੇ ਫੈਨ ਨੇ, ਇਹਦੇ ਨਾਲ ਜੁੜੇ ਹੋਏ ਨੇ। ਕਾਂਗਰਸ ਪਾਰਟੀ ਦੁਬਾਰਾ ਸੱਤਾ ਦੇ ਵਿੱਚ ਆਉਣ ਲਈ ਨਵੇਂ ਨਵੇਂ ਜਿਹੜੇ ਹੱਥਕੰਡੇ ਅਪਣਾ ਰਹੀ ਹੈ, ਨਵੇਂ ਐਲਾਨ ਕੀਤੇ ਜਾ ਰਹੇ, ਤੇ ਹੁਣ ਸਿੱਧੂ ਮੂਸੇਵਾਲਾ ਨੂੰ ਲੈ ਕੇ ਕਾਫੀ ਜਿਹੜੀ ਸਿਆਸਤ ਧੱਕੀ ਹੈਗੀ। ਪਰ ਦੂਜੇ ਪਾਸੇ ਗੱਲ ਕੀਤੀ ਜਾਵੇ, ਅਗਰ ਸਿੱਧੂ ਮੂਸੇਵਾਲਾ ਨੂੰ ਮਾਨਸਾ ਤੋਂ ਹੁਣ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਤਾਂ ਸੁਭਾਵਿਕ ਆ ਕਿ ਜੋ ਪੁਰਾਣੇ ਕਾਂਗਰਸੀ ਜਿਹੜੇ ਟਕਸਾਲੀ ਪਹਿਲਾਂ ਤੋਂ ਵਰਤ ਕਰ ਰਹੇ ਨੇ, ਉਹਨਾਂ ਦਾ ਜਿਹੜਾ ਵਿਰੋਧ ਦਾ ਸਾਹਮਣਾ ਵੀ ਜਿਹੜਾ ਸਿੱਧੂ ਮੂਸੇਵਾਲਾ ਨੂੰ ਕਰਨਾ ਪੈ ਸਕਦਾ ਜੀ। ਅਮਰਜੀਤ, ਆਪਾਂ ਪਿਛਲੇ ਸਮੇਂ ਦੇ ਵਿੱਚ ਵੀ ਦੇਖਿਆ ਜਾਂ ਸਾਲਾਂ ਦੇ ਵਿੱਚ ਦੇਖਿਆ ਕਿ ਆਖਿਰਕਾਰ ਪੰਜਾਬੀ ਗਾਇਕ ਜਾਂ ਇਸ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕ ਅਕਸਰ ਸਿਆਸਤ ਵਿੱਚ ਆ ਜਾਂਦੇ ਨੇ, ਚਾਹੇ ਭਗਵੰਤ ਮਾਨ ਦੀ ਗੱਲ ਹੋਵੇ, ਮੁਹੰਮਦ ਸਦੀਕ ਦੀ ਗੱਲ ਹੋਵੇ, ਤਾਂ ਸਿਆਸਤ ਵਿੱਚ ਆਉਣ ਤੋਂ ਬਾਅਦ ਲੋਕ ਇਹਨਾਂ ਨੂੰ ਉਸੇ ਤਰ੍ਹਾਂ ਹੀ ਪਸੰਦ ਕਰਦੇ ਨੇ ਜਿਵੇਂ ਪਹਿਲਾਂ ਕਰਦੇ ਸੀ? ਦੇਖੋ, ਗੱਲ ਕੀਤੀ ਜਾਵੇ ਫੀਲਡ ਦੇ ਵਿੱਚ, ਜਿਸ ਤਰ੍ਹਾਂ ਲੋਕ ਜਿਹੜੇ ਪਹਿਲਾਂ ਤੋਂ ਲੋਕਾਂ ਨਾਲ ਜੁੜੇ ਹੁੰਦੇ ਜਿਹੜੇ ਲੀਡਰ, ਉਹਨਾਂ ਨੂੰ ਜ਼ਰੂਰ ਜ਼ਿਆਦਾ ਚਾਹੁੰਦੇ ਆ ਕਿ ਅਗਰ ਕੋਈ ਗਾਇਕ ਜਾਂ ਕੋਈ ਫਿਲਮੀ ਅਦਾਕਾਰ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਉਹਦੇ ਫੈਨ ਨੇ ਉਹ ਜ਼ਰੂਰ ਜਿਹੜਾ ਜ਼ਿਆਦਾ ਉਤਸ਼ਾਹਿਤ ਹੁੰਦੇ ਆ। ਪਰ ਜੋ ਲੋਕ ਨੇ ਉਹ ਕਿਤੇ ਨਾ ਕਿਤੇ ਜਿਹੜੇ ਆਮ ਲੋਕ ਨੇ ਉਹ ਜ਼ਰੂਰ ਜਿਹੜਾ ਨਹੀਂ ਜ਼ਿਆਦਾ ਉਤਸ਼ਾਹਿਤ ਹੁੰਦੇ, ਕਿਉਂਕਿ ਬਾਕੀ ਰਣਨੀਤੀ ਦੇ ਵਿੱਚ ਜਿਹੜਾ ਇਸ ਵਾਰ ਨਵਾਂ ਮੋੜ ਆਇਆ ਗਾ, ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਅਗਰ ਜਿਹੜੇ ਪੁਰਾਣੇ ਟਕਸਾਲੀ ਲੀਡਰ ਨੇ ਜਿਹੜੇ ਉਹ ਨਾਲ ਸਿੱਧੂ ਮੂਸੇਵਾਲੇ ਦੇ ਤੁਰਨਗੇ ਜਾਂ ਉਹਦਾ ਜਿਹੜਾ ਅਲੱਗ ਆਪਣਾ ਕੋਈ ਨਵਾਂ ਜਿਹੜਾ ਕੋਈ ਰਸਤਾ ਜਿਹੜਾ ਚੁਣਨਗੇ ਜੀ। ਅਮਰਜੀਤ, ਸਮਝਿਆ ਜਾਵੇ ਕਿ ਸਿੱਧੂ ਮੂਸੇਵਾਲਾ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਨੂੰ ਵੱਡਾ ਬਲ ਮਿਲਿਆ? ਬਿਲਕੁਲ, ਦੇਖੋ ਗੱਲ ਕੀਤੀ ਜਾਵੇ ਦੀ ਮਾਤਾ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਆ ਜੋ ਪਿੰਡ ਦੀ ਸਰਪੰਚ ਚੁਣੀ ਗਈ ਸੀਗੀ, ਪਹਿਲਾਂ ਤੋਂ ਜੇ ਗੱਲ ਕੀਤੀ ਜਾਵੇ ਕਾਂਗਰਸ ਨਾਲ ਇਹਨਾਂ ਦਾ ਨਾਤਾ ਜ਼ਰੂਰ ਹੈਗਾ ਗਾ, ਤੇ ਅੱਜ ਚਾਹੇ ਸਿੱਧੂ ਮੂਸੇਵਾਲਾ ਨੂੰ ਚੰਡੀਗੜ੍ਹ ਦੇ ਵਿੱਚ ਜਿਹੜਾ ਜੁਆਇਨ ਕਰਵਾਇਆ ਗਿਆ ਹੈਗਾ, ਪਰ ਜ਼ਰੂਰ ਜਿਹੜਾ ਨੌਜਵਾਨਾਂ ਦੇ ਵਿੱਚ ਜਿਹੜਾ ਕਾਫੀ ਉਤਸ਼ਾਹ ਵਧੂਗਾ ਜਿਹੜੇ ਸਿੱਧੂ ਮੂਸੇਵਾਲਾ ਦੇ ਫੈਨ ਨੇ, ਕਿਉਂਕਿ ਪੰਜਾਬ ਦੇ ਵਿੱਚ ਕਾਫੀ ਜਿਹੜਾ ਚਰਚ 'ਚ ਗਾਇਕ ਰਿਹਾ ਗਾ, ਕਾਫੀ ਜਿਹੜੇ ਜ਼ਰੂਰ ਜਿਹੜਾ ਜੀ। ਬਹੁਤ ਬਹੁਤ ਸ਼ੁਕਰੀਆ ਅਮਰਜੀਤ ਤਮਾਮ ਜਾਣਕਾਰੀ ਲਈ। ਤਾਂ ਇਸ ਸਾਡੇ ਪੱਤਰਕਾਰ ਅਮਰਜੀਤ ਮਾਨਸਾ ਤੋਂ, ਜਿਨ੍ਹਾਂ ਨੇ ਕਿਹਾ ਕਿ ਇੱਕ ਵੱਡਾ ਵੋਟ ਬੈਂਕ ਖਾਸ ਕਰਕੇ ਨੌਜਵਾਨ ਸਿੱਧੂ ਮੂਸੇਵਾਲਾ ਦੇ ਨਾਲ ਜੁੜੇ ਹੋਏ ਨੇ। ਹੁਣ ਦੇਖਣਾ ਹੋਵੇਗਾ ਕਿ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਦੀ ਰਣਨੀਤੀ ਕੀ ਹੋਵੇਗੀ, ਵੱਡੇ ਪੱਧਰ 'ਤੇ ਹੁਲਾਰਾ ਮਿਲੇਗਾ, ਕਿਉਂਕਿ ਸਿੱਧੂ ਵਾਲਾ ਇਹ ਕਹਿ ਕੇ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਕਿ ਕਾਂਗਰਸ ਆਮ ਘਰਾਂ ਦੇ ਲੋਕਾਂ ਦੀ ਪਾਰਟੀ ਆ, ਆਮ ਲੀਡਰ ਇਸ ਦੇ ਵਿੱਚ ਸ਼ਾਮਲ ਨੇ ਜੋ ਸੰਘਰਸ਼ ਕਰਕੇ MLA ਮੰਤਰੀ ਬਣੇ, ਇਸ ਕਰਕੇ ਉਹਨਾਂ ਨੇ ਕਾਂਗਰਸ ਜੁਆਇਨ ਕੀਤੀ ਆ। ਔਰ ਮਾਨਸਾ ਦੇ ਵਿੱਚ ਚੋਣ ਲੜਨ ਦੇ ਪੂਰਨ ਤੌਰ 'ਤੇ ਆਸਾਰ ਨੇ। ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਔਰ CM ਨੇ ਰੱਜ ਕੇ ਸਿੱਧੂ ਮੂਸੇਵਾਲਾ ਦੀ ਤਾਰੀਫ ਕੀਤੀ ਆ ਔਰ ਇਸ ਤੋਂ ਬਾਅਦ ਉਹਨਾਂ ਨੂੰ ਸਰੋਪਾ ਦੇ ਕੇ ਪਾਰਟੀ ਦੇ ਵਿੱਚ ਸ਼ਾਮਲ ਕੀਤਾ। ਤੁਸੀਂ ਵੀ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਕਿ ਸਿੱਧੂ ਮੂਸੇਵਾਲਾ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਜਾਂ ਕਹਿ ਦਈਏ ਕਾਂਗਰਸ ਦਾ ਹਿੱਸਾ ਬਣਨ ਤੋਂ ਬਾਅਦ ਕਾਂਗਰਸ ਮਜ਼ਬੂਤ ਹੋਵੇਗੀ? ਪਿਛਲੇ ਦਿਨਾਂ ਦੇ ਵਿੱਚ ਚਰਚਾਵਾਂ ਕਾਫੀ ਚੱਲ ਰਹੀਆਂ ਸੀ, ਤਾਂ ਅੱਜ ਉਹਨਾਂ ਚਰਚਾਵਾਂ ਨੂੰ ਮੋਹਰ ਲੱਗੀ ਆ। ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਸਿੱਧੂ ਮੂਸੇਵਾਲਾ, ਅਕਸਰ ਆਪਣੇ ਗਾਣਿਆਂ ਦੇ ਕਰਕੇ, ਆਪਣੀ ਬੋਲਬਾਣੀ ਦੇ ਕਰਕੇ ਚਰਚਾ ਦੇ ਵਿੱਚ ਰਹਿੰਦੇ ਨੇ। ਹਥਿਆਰਾਂ ਨੂੰ ਲੈ ਕੇ, ਹੋਰ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸਮੇਂ-ਸਮੇਂ ਤੇ ਗਾਣੇ ਆਪ ਲਿਖਦੇ ਨੇ, ਆਪ ਹੀ ਗਾਉਂਦੇ ਨੇ, ਤਾਂ ਹੁਣ ਉਹ ਪੰਜਾਬੀ ਗਾਇਕ ਤੋਂ ਸਿਆਸਤ ਵੱਲ ਆ ਚੁੱਕੇ ਨੇ। ਹਾਲਾਂਕਿ ਪਹਿਲਾਂ ਵੀ ਜੋ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕ ਸੀ, ਸੰਗੀਤਕਾਰ ਸੀ, ਗਾਇਕ ਸੀ, ਅਕਸਰ ਪੰਜਾਬ ਦੇ ਸਿਆਸਤ ਵਿੱਚ ਸਰਗਰਮ ਹੁੰਦੇ ਨੇ, ਪੰਜਾਬ ਦੀ ਸਿਆਸਤ ਦਾ ਹਿੱਸਾ ਬਣਦੇ ਨੇ। ਹੁਣ ਦੇਖਣਾ ਹੋਵੇਗਾ ਕਿ ਇਹਨਾਂ ਗਾਇਕਾਂ ਦੇ, ਸੰਗੀਤਕਾਰਾਂ ਦੇ
इस फील्ड में आके पंजाब की रूपरेखा बदलती है, पंजाब की दिशा बदलती है, एक देखने वाली गल होगी।